ਕੋਰੀਆ ਚੈਨਾ ਪੋਤੇ ਕੀ ਆ ਕੁੱਤੇ ਖਾ ਖਾ ਕੇ ਸਾਡੇ ਪਿੰਡ 'ਚ ਕੁੱਤਾ ਨਹੀਂ ਰਹਿਣ ਦਿੱਤਾ ਇਹਨਾਂ ਨੇ ਤੇ ਤੁਸੀਂ ਕਿੱਥੇ ਸੀ ਉਦੋਂ ਮੰਨਤਾ ਨਾਲ ਲਿਆ ਹਾਂ ਮੰਗ ਤੇ ਇਸ ਲਈ ਇਹਨਾਂ ਦਾ ਨਾਮ ਤੇ ਲਿਆ ਮੰਨਤਾ ਨਾਲ ਤੇ ਲਾਣੇ ਨੂੰ ਹੱਥ ਜੋੜ ਕੇ ਮੇਰੇ ਨਹੀਂ ਉਹ ਚੋਰ ਸਾਹਿਬ ਕੋਈ ਕਾਕਾ ਹੁਜਤਾਂ ਡਾਇਆ ਕਰਨ ਤੇ ਮੈਨੂੰ ਵੱਟ ਚੜ ਜਾਣਾ ਆ ਤੇ ਮੈਂ ਇਹਨੂੰ ਹੋਰ ਮੁੱਕੀ ਮਾਰ ਕੇ ਨੀਵਾ ਕਰ ਦੇਣਾ ਆ ਇਹ ਵੇਖੀ ਮੇਰੇ ਤੇ ਚੋਰ ਸਾਹਿਬ ਸੁਣਿਆ ਜਦੋਂ ਰਾਤ ਨੂੰ ਤੁਸੀਂ ਲੇਟ ਸਵੇਰ ਹੋ ਜਾਂਦੀ ਤੁਹਾਨੂੰ ਚੌਂਕ 'ਚ ਕੁੱਤੇ ਘੇਰ ਲੈਂਦੇ ਮੈਂ ਅੱਜ ਵੇਖਿਆ ਕਿ ਜਨਾਬ ਤੁਸੀਂ ਮੈਨੂੰ ਕਿਵੇਂ ਘੇਰਦੇ ਜੇ ਉਹ ਕਾਕਾ ਬੂਆ ਖੋਲੀਦਾ ਹੁੰਦਾ ਆ ਕਿਸੇ ਖੋਲਣਾ ਚੌਰੀ ਸਾਹਿਬ ਕੀ ਘਬਰਾ ਪੈ ਰਿਹਾ ਤੁਹਾਨੂੰ ਪਤਾ ਨਹੀਂ ਕਿੱਥੇ ਕਿਤੇ ਜੰਮੇ ਪਲੇ ਆ ਤੇ ਨਿੱਕੇ ਵੱਡੇ ਦੀ ਆਜੋ ਆਜੋ ਚੋਰ ਸਾਹਿਬ ਕੀ ਤੁਹਾਨੂੰ ਲੈ ਵੀ ਓਏ ਹੋਏ ਚੌਰੀ ਮੰਜ਼ਿਲ ਤੇ ਪਹੁੰਚ ਗਏ ਆ ਚਲੋ ਸ਼ੁਕਰ ਹੋਇਆ ਇੱਧਰ ਆਓ ਚੌਰੀ ਦਿਲ ਤੇ ਨਹੀਂ ਘਬਰਾਇਆ ਆਹੋ ਕੋਈ ਲੱਗਾ ਆ ਦਿਲ ਨੂੰ ਨਾ ਵੱਟ ਗਿਆ ਫਿਰਦਾ ਜਿਵੇਂ ਨਾ ਮਲਿਆ ਜਾਣ ਡਿਆ ਆ ਮੇਰਾ ਦਿਲ ਨਾ ਉਲਟੀ ਜੀ ਆਉਂਦੀ ਸੀ ਉਲਟੀ ਆਈਆਂ ਦੇ ਚੱਕਰ ਜੇ ਆਉਂਦਾ ਆ ਮਾੜੇ ਮਾੜੇ ਅਸਲ ਜੀ ਨਾ ਤੂੰ ਐਡੀ ਸਾਫ਼ ਸੁਥਰੀ ਗੱਡੀ 'ਚ ਕਦੀ ਬੈਠਾ ਨਹੀਂ ਕੀ ਗੱਲ ਆ ਸਾਫ਼ ਸੁਥਰੀ ਚੌਰੀ ਤੂੰ ਉਸ ਬੱਸ 'ਚ ਬਹਿਣਾ ਯਕੀਨ ਕਰ ਜਿਹਦੇ ਕੇਲਿਆਂ ਵਾਲਾ ਵੀ ਚੜ੍ਹ ਜਾਂਦਾ ਟਿੱਕੀਆਂ ਵਾਲਾ ਵੀ ਸੁਰਮਾ ਵੇਚਣ ਵਾਲਾ ਵੀ ਉਹ ਕਾਕਾ ਉਹਦੀਆਂ ਮੌਜਾਂ ਹੀ ਹੋਰ ਆ ਵੀ ਤੁਸੀਂ ਬਹਿ ਕੇ ਛੱਲੀ ਚੱਬੋ ਉਹ ਤੁਸੀਂ ਕਿਤੇ ਕਿਤੇ ਟੇਪ ਤੇ ਗਾਣੇ ਲੱਗੇ ਹੋਣ ਕਿਤੇ ਉਹਨੂੰ ਬੰਦਾ ਆਂਦਾ ਆ ਵੀ ਯਾਰ ਫਲਾਣਾ ਗਾਣਾ ਲਾ ਤੇਰੇ ਵਰਗਾ ਚੌਰੀ ਐਵੇਂ ਘਬਰਾ ਪੈਂਦਾ ਕਹਿੰਦਾ ਮੈਨੂੰ ਛੱਤ ਤੇ ਪਾ ਦਿਓ ਜਰਾ ਹਵਾ ਵਾਵਾ ਫਿਰੇਗੀ ਉਹ ਛੱਤ ਤੇ ਬੜਾ ਮਜ਼ਾ ਆਉਂਦਾ ਜੀ ਉੱਤੋਂ ਖੁੱਲੀ ਹਵਾ ਪੈਂਦੀ ਆ ਬੰਦੇ ਦਾ ਨਾ ਦਿਲ ਘਬਰਾ ਚੌਰੀ ਨੂੰ ਵੀ ਉੱਥੇ ਚੜਾ ਦੇ ਨਾਲ ਖੋਤਾ ਵੀ ਚੌਰੀ ਨੂੰ ਕਹੀ ਜਾਂਦਾ ਜੀ ਆ ਖੋਤੇ ਦਾ ਧਿਆਨ ਰੱਖਣਾ ਡਿੱਗ ਨਾ ਪਵੇ ਉਹ ਮਾਲ ਪਸ਼ੂ ਹੁੰਦਾ ਵਾ ਮਾੜਾ ਜਿਹਾ ਬੰਦਾ ਹੱਥ ਰੱਖ ਵੀ ਦੇਵੇ ਕਿਹੜਾ ਕਿਤੇ ਮਰਨ ਲੱਗਾ ਆ ਬੰਦਾ ਨਹੀਂ ਮਰਦਾ ਤੇ ਨਹੀਂ ਪਰ ਅਸੀਂ ਆਪਣੀਆਂ ਗੱਡੀਆਂ ਅੱਲਾ ਖੈਰ ਉਹ ਮੈਂ ਨਾ ਜਾਣ ਕੇ ਸਫ਼ਰ ਕਰਦਾ ਜਾਂ ਮਾੜੀਆਂ ਮੋਟੀਆਂ ਗੱਡੀਆਂ ਦਾ ਘਰ ਦਾ ਆਪਣਾ ਸਾਡੀ ਜ਼ਮੀਨ ਭੋਏ ਭਾਂਡੇ ਵਾਲੇ ਅਸੀਂ ਕਿਹੜਾ ਕਿਤੇ ਕੋਈ ਅੱਲਾ ਮਾਫ਼ੀ ਦੇ ਕਿਸੇ ਕੰਮ ਗੱਲ ਆ ਸਾਨੂੰ ਨਹੀਂ ਛੋਰ ਸਾਹਿਬ ਮੈਨੂੰ ਪਤਾ ਤੁਸੀਂ ਮਾਸ਼ਾਅੱਲਾ ਪਿੰਡ 'ਚ ਤੁਹਾਡੇ ਟੌਹਰ ਨੇ ਨਾਂ ਨੇ ਉਹ ਕਾਕਾ ਤੂੰ ਕਿਸੇ ਟਾਈਮ ਆਵੇ ਨਾ ਸਾਡੀਆਂ ਜ਼ਮੀਨਾਂ 'ਤੇ ਹਾਂਜੀ ਹਾਂਜੀ ਫੈਸਲਾਬਾਦ ਆ ਤੈਨੂੰ ਨਲਕਾ ਘੁਆਲਾ ਸਾਡਾ ਪਿੰਡ ਆ ਨਲਕਾ ਘੁਆਲਾ ਆਹੋ ਚੌਰੀ ਤੇਰਾ ਮੂੰਹ ਵੀ ਵੈਸੇ ਨਾ ਨਲਕੇ ਦੀ ਹੱਥੀ ਅਰਗਾ ਚੌਰੀ ਉਹ ਪਾਣੀ ਪੀਤਾ ਕਦੀ ਨਲਕਾ ਗੇੜ ਕੇ ਅਤੇ ਅੱਗੇ ਹੱਥ ਰੱਖ ਕੇ ਜਮ੍ਹਾਂ ਹੋ ਜਾਣਾ ਫਿਰ ਮੂੰਹ ਲਾ ਲੈਣਾ ਉਹਨੂੰ ਓਏ ਆ ਹੁਣ ਚੱਲੇ ਆ ਜਿਹੜੇ ਆ ਡਿਸਟ੍ਰਿਕਟ ਵਾਟਰ ਜਿਹੜੇ ਪੀਂਦੇ ਆ ਹੈਂ ਆ ਬੋਤਲਾਂ ਅਸੀਂ ਤਾਂ ਭਰਨਾ ਜਾ ਕੇ ਇੱਕ ਨਲਕਾ ਹੁੰਦਾ ਸੀ ਪਿੰਡ ਦੇ ਵਿੱਚ ਅਤੇ ਪੂਰਾ ਪਿੰਡ ਉੱਥੇ ਉਹ ਸਾਰਾ ਪਿੰਡ ਨਲਕੇ ਦੇ ਦੁਆਲੇ ਨਲਕੇ ਨੂੰ ਘਬਰਾ ਪਾ ਦੇਣਾ ਪੂਰਾ ਪਿੰਡ ਵੀ ਹੋਰ ਲਵਾ ਲਓ ਇੱਕ ਦੋ ਵਿੱਚ ਇੱਕੋ ਤੋਂ ਹੀ ਭਰੀ ਜਾਣਾ ਉਹ ਠੰਡਾ ਪਾਣੀ ਨਾਲੇ ਪੀਣਾ ਨਾਲੇ ਇੱਥੇ ਸਾਫ਼ ਹੈ ਜਿਹੜਾ ਜਿਹੜਾ ਵੀ ਵੈਸੇ ਕਹਿੰਦੇ ਠੰਡਾ ਪਾਣੀ ਪੀਣਾ ਨਹੀਂ ਚਾਹੀਦਾ ਉਹ ਕਾਕਾ ਉਹ ਕੁਦਰਤੀ ਠੰਡਾ ਹੁੰਦਾ ਆ ਉਹ ਕਿਹੜਾ ਬਰਫ਼ ਪਾ ਕੇ ਨਾ ਪੀਓ ਜਿਹੜੀ ਸੀਨੇ ਨੂੰ ਜਾ ਕੇ ਪੈਂਦੀ ਆ ਨਹੀਂ ਦੇਖੋ ਨਾ ਚਾਈਨੀਜ਼ ਸਾਰੇ ਗਰਮ ਪਾਣੀ ਪੀਂਦੇ ਆ ਚਾਈਨੀ ਤੇ ਕੁੱਤੇ ਵੀ ਖਾਣ ਡਏ ਉਹ ਖਾ ਫਿਰ ਜਾ ਭੁੰਨ ਕੇ ਜਾ ਕਿਤੇ ਉਹਦੀ ਸੱਜੀ ਬਣਾ ਕੇ ਖਾ ਹੈਂ ਪੋਤਾ ਖਾ ਸੱਪ ਖਾਂਦੇ ਹੀ ਉਹ ਮੈਂ ਆਪ ਵੇਖਿਆ ਮੇਰਾ ਪੋਤਰੇ ਮੈਨੂੰ ਵੀਡੀਓ ਵਿਖਾਈ ਉਹਨਾਂ ਨੇ ਉਹ ਵੱਡੇ ਕਨਾਲੇ ਦੇ ਵਿੱਚ ਗਰਮ ਪਾਣੀ ਕਰਕੇ ਤੇ ਉਹਨੂੰ ਭੁੰਨ ਕੇ ਤੇ ਵਿੱਚੋਂ ਕੱਢ ਕੇ ਤੇ ਖਾਣ ਡਏ ਜੋ ਉਹ ਮਰ ਉਹ ਵੀ ਖਾ ਫਿਰ ਕਿਹਨੂੰ ਆ ਜੋ ਆ ਜਿਹੜੀ ਮੋਟਰਵੇ ਬਣੀ ਸੀ ਨਾ ਸਾਡੇ ਲਾਗੇ ਪਿੰਡ ਦੇ ਆਹੋ ਆਹੋ ਆ ਕੋਰੀਆ ਨਾ ਕੋਰੀਆ ਨੇ ਬਣਾਈ ਕੋਰੀਆ ਨੇ ਬਣਾਏ ਸੀ ਇਹ ਕੋਰੀਆ ਚੈਨਾ ਪੋਤੇ ਕੀ ਆ ਕੁੱਤੇ ਖਾ ਖਾ ਕੇ ਸਾਡੇ ਪਿੰਡ 'ਚ ਕੁੱਤਾ ਨਹੀਂ ਰਹਿਣ ਦਿੱਤਾ ਇਹਨਾਂ ਨੇ ਤੇ ਤੁਸੀਂ ਕਿੱਥੇ ਸੀ ਉਦੋਂ ਜਦੋਂ ਖਾਣ ਦਾ ਸੀ ਤੁਸੀਂ ਸਮਝਾ ਨਹੀਂ ਸਕਦੇ ਉਹਨਾਂ ਨੂੰ ਤੇ ਆਹੋ ਆਹੋ ਸਮਝਾਉਣਾ ਸੀ ਅਸੀਂ ਅਸੀਂ ਲਾਗੂ ਆਖਿਆ ਗੌਰਮੈਂਟ ਦੇ ਬੰਦੇ ਆ ਉੱਥੇ ਸਾਨੂੰ ਨਾ ਕੋਈ ਪੁੱਛਦਾ ਨਾ ਦੱਸਦਾ ਉਹ ਜਿਵਾ ਕਰਕੇ ਕੁੱਤੇ ਸਾਡੇ ਸਾਹਮਣੇ ਆ ਇੱਕ ਕੁੱਤਾ ਅਸੀਂ ਆਪਣੇ ਹਵੇਲੀ 'ਚ ਰੱਖਿਆ ਸੀ ਵੀ ਕਿਤੇ ਆਉਂਦੇ ਜਾਂਦੇ ਬੰਦੇ ਨੂੰ ਉਹ ਵੀ ਖਾ ਗਏ ਮਾਇਆ ਨਾ ਉਹ ਵੀ ਉਹਨਾਂ ਦੇ ਧੱਕੇ ਚੜ ਗਿਆ ਹੋਏ 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 ਤੇ ਚੈਨਾ ਦੇ ਮਗਰ ਮੇਰਾ ਪੁੱਤ ਨਾ ਲੱਗ ਜਿਹੜਾ ਸਾਡਾ ਕਲਚਰ ਆ ਨਾ ਪਿੰਡਾਂ ਥਾਵਾਂ ਦਾ ਆ ਖੁੱਲੀ ਆਬੋ ਹਵਾ ਵਾਹ 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 ਹੈਂ ਮੰਜੀਆਂ ਡਾਉਣੀਆਂ ਬਾਗਾਂ ਸਾਡੇ ਅਸੀਂ ਬਹਿਣਾ ਵਿੱਚ ਉਹ ਛੱਡੋ ਤੁਸੀਂ ਉਹ ਨੈਸਲੇ ਦਾ ਕਿ ਖਸਲੇ ਦਾ ਪਾਣੀ ਪੀ ਪੀ ਕੇ ਤੇਰੀ ਬੂਥੀ ਹੋਈ ਆ ਮਾੜੀ ਤੂੰ ਕਿਤੇ ਪਿੰਡ ਦਾ ਪਾਣੀ ਪੀਵੇ ਤੇਰੇ ਮੂੰਹ 'ਤੇ ਰੋ ਆ ਜੇ ਨਹੀਂ ਮੈਨੂੰ ਪਤਾ ਚੌਰੀ ਤੁਹਾਡਾ ਨੂਰ ਹੀ ਦੱਸ ਰਿਹਾ ਤੁਸੀਂ ਵੀ ਚੌਰੀ ਖਾਲਿਆ ਦਾ ਪਾਣੀ ਪੀਤਾ ਕੋਲ ਕੋਲ ਕੇ ਆਓ ਅੱਗੇ ਤਾਂ ਚੱਲੀਏ ਕਿਤੇ ਉਹਨੂੰ ਲੱਭੀਏ ਚੌਰੀ ਸਾਹਿਬ ਨੂੰ ਜਿਹਨੂੰ ਮਿਲਣਾ ਆਏ ਆ ਆਹੋ ਚੌਰੀ ਤੇਰੇ ਮਿਲਣਾ ਆ ਚੌਰੀ ਵੈਸੇ ਪਿੰਡਾਂ ਦਾ ਕਲਚਰ ਅੱਜ ਵੀ ਉਂਝੀ ਆ ਵੇਖ ਲੈਣਾ ਜਿਹੜਾ ਚੌਰੀ ਪਿੰਡ ਸਾਰੇ ਸੇਮ ਹੁੰਦੇ ਆ ਹਾਏ ਹਾਏ ਖੁਦਾ ਦੀ ਕਸਮੇ ਤੂੰ ਸਾਡੇ ਪਿੰਡ ਆਵੇਂ ਹਾਂ ਤੈਨੂੰ ਗੋਏ ਦੀ ਬਹੁਤ ਸੰਘਾਵਾਂ ਤੈਨੂੰ ਮਜ਼ਾ ਨਾ ਆਵੇ ਨਹੀਂ ਚੌਰੀ ਉਹ ਤਾਂ ਤੇਰੇ ਕੋਲੋਂ ਵੀ ਆਉਂਦਾ ਹੀ ਆ ਕੋਈ ਰੌਲਾ ਨਹੀਂ ਏਡਾ ਤੇ ਤੈਨੂੰ ਚੌਰੀ ਉੱਥੇ ਕਣਕ ਬੜੀ ਵਧੀਆ ਅਸਲ ਖਾਲਸ ਕਣਕ ਦੀ ਰੋਟੀ ਮੈਂ ਨਾ ਖਾਲਸ ਕਣਕ ਆ ਜਿਹੜੇ ਸ਼ਹਿਰ ਦੇ ਪੁੱਤ ਮੁੰਡੇ ਆ ਨਾ ਇਹ ਖਾਂਦੇ ਆ ਬਾਸੀਆਂ ਭੈੜੀਆਂ ਰੋਟੀਆਂ ਜਿਹਦੇ ਵਿੱਚੋਂ ਕੱਢਿਆ ਹੁੰਦਾ ਹੀ ਉਹ ਦਲੀਆ ਵਿੱਚੋਂ ਕੱਢਿਆ ਹੁੰਦਾ ਸੂਜੀ ਉਹਦੇ ਵਿੱਚੋਂ ਕੱਢੀ ਹੁੰਦੀ ਆ ਆਹੋ ਹੈਂ
ਹਰ ਸ਼ਾਇਦ ਕੱਢ ਲੈਂਦੇ ਵਿੱਚੋਂ ਵਿੱਚੋਂ ਪੈਸੇ ਵੀ ਕੱਢ ਲੈਂਦੇ ਬਲਕਿ ਆਟੇ ਦੀ ਜਾਨ ਕੱਢ ਲੈਂਦੇ ਆ ਰਬੜ ਜੀ ਫੜਾ ਦਿੰਦੇ ਸਾਨੂੰ ਤੇ ਉਹ ਲੱਗਦਾ ਬੰਦਾ ਰੋਟੀ ਨਹੀਂ ਚਿੰਗਮ ਖਾਂਦੇ ਆ ਤੇ ਤੇਰਾ ਡਿੰਗ ਡਾਊਂ ਕਰਕੇ ਤਾਂ ਹੀ ਮੂੰਹ ਹੋਇਆ ਤੁਸੀਂ ਕਿਤੇ ਆਖਾ ਹੋ ਕਿਤੇ ਸਾਡੇ ਵਾਲ ਵੇਖ ਨਾ ਆਹ ਅਸੀਂ ਕਿਤੇ ਖੁਰਾਕਾਂ ਹਈਆਂ ਵੀ ਪਿੰਡ ਦੇ ਥਾਂ ਜਿਹੜੇ ਪੁਰਾਣੇ ਬੰਦੇ ਨੀ ਆਹੋ ਉਹ ਉਹਨਾਂ ਨੂੰ ਪੁੱਛ ਕੇ ਤੇ ਜਾ ਕੇ ਆਹ ਕੀ ਜੰਮੂ ਦਾ ਦਰਖਤ ਆ ਉਹ ਜੰਮੂ ਨੀ ਜਾਮਣ ਆਖੀਦਾ ਆ ਜਾਮਣ ਆ ਜੰਮੂ ਇੱਥੇ ਚੌਰੀ ਤੂੰ ਵੀ ਜਾਮਣ ਸੇ ਜਾਮਣ ਖਾਧੇ ਕਦੇ ਤੁਸੀਂ ਉਹ ਜਾਮੂ ਸਾਡੀਆਂ ਜ਼ਮੀਨਾਂ ਆਪਣੀਆਂ ਫੈਸਲਾਬਾਦ ਲੱਗੀਆਂ ਵਾ ਇਹ ਹਰ ਜਗ੍ਹਾ ਹੀ ਹੁੰਦੇ ਆ ਆਹ ਚੌਰੀ ਕਿੱਧਰ ਚਲਾ ਗਿਆ ਮੈਨੂੰ ਚੌਰੀ ਦੀ ਨਹੀਂ ਸਮਝ ਲੱਗਦੀ ਯਾਰ ਚੌਰੀ ਅਸੀਂ ਤੂੰ ਚੰਗਾ ਲੈ ਕੇ ਆਏ ਚੌਰੀ ਨਾਲ ਮੁਲਾਕਾਤ ਕਰਾਉਣੀ ਆ ਮੈਂ ਤੇ ਮਾੜੇ ਮੋਟੇ ਚੌਰੀ ਨੂੰ ਤੈਨੂੰ ਪਤਾ ਮਿਲਦਾ ਹੀ ਕੋਈ ਨੀਗਾ ਉਹ ਨਹੀਂ ਨਹੀਂ ਬੜਾ ਤਕੜਾ ਚੌਰੀ ਆ ਅੱਛਾ ਜੀ ਹਾਂ ਚੌਰੀ ਫਰੂਕ ਚੱਦੜ ਬੜਾ ਨਾਂ ਉਹਦਾ ਇਸ ਪਿੰਡ 'ਚ ਜ਼ਮੀਨਾਂ ਸਾਰੀਆਂ ਉਹਨਾਂ ਦੀਆਂ ਹੀ ਆ ਆਹ ਜ਼ਮੀਨਾਂ ਤੇ ਉਹਨਾਂ ਦੀਆਂ ਹੀ ਆ ਵੇਖਣ ਨੂੰ ਤੇ ਲੱਗਣ ਚੌਰੀ ਖਾਲਾ ਟੱਪ ਜਾਏਗਾ ਉਹ ਪੁੱਤ ਤੂੰ ਖਾਲੇ ਦੀ ਗੱਲ ਕਰਦਾ ਮੈਂ ਤੇ ਨਹਿਰ ਟੱਪ ਜਾਂਦਾ ਪੁਲ ਥਾਣੀ ਐ ਜਾ ਕੇ ਪੁਲ ਥਾਣੀ ਤੇ ਪੂਰੀ ਦੁਨੀਆ ਟੱਪਣ ਦਈ ਆ ਤੇ ਫਿਰ ਨਹਿਰ ਹੀ ਕ੍ਰਾਸ ਕਰਨੀ ਆ ਗੋਤੇ ਖਾ ਕੇ ਜ਼ਰੂਰ ਤੁਸੀਂ ਦੂਜੇ ਪਾਸੇ ਜਾਣਾ ਆ ਚੱਲ ਆ ਫਿਰ ਚੌਰੀ ਇਹ ਲੈ ਬੜੀ ਕਿਤੇ ਬੜੀ ਮਹਿਮ ਪਾਈ ਜੋ ਵੀ ਆਪਣੇ ਵੱਲੋਂ ਖਾਲਾ ਟੱਪਣਾ ਆ ਹੈ ਆ ਫੜ ਬਾਹ ਮੇਰੀ ਹੁਣ ਇੱਥੋਂ ਉਹ ਕਿਤੇ ਨਹੀਂ ਤੈਨੂੰ ਗੋਤੇ ਆਉਂਦੇ ਆ ਜਾ ਬਹੁਤ ਵੱਡਾ ਆ ਬਜ਼ੁਰਗ ਆਦਮੀ ਕੋਈ ਹਯਾ ਕਰੀਦਾ ਹੁੰਦਾ ਚੇਜਾ ਨਹੀਂ ਕਰੀਦਾ ਕਿਸੇ ਬਜ਼ੁਰਗ ਦਾ ਤੇ ਮੈਂ ਪਿੱਛੇ ਆ ਕੇ ਤੈਨੂੰ ਧੱਕਾ ਦਵਾਂ ਹੁਣ ਯਾਨੀ ਕਿ ਸਿੱਧਾ ਵਿੱਚ ਜਾਵਾਂ ਮੈਂ ਚਲੋ ਆ ਫੜਾਓ ਬਾਂਹ ਫੜਾਓ ਚੱਲ ਪਰੇ ਹੋ ਜਾ ਤੈਨੂੰ ਦੱਸ ਦੇ ਦੇਸੀ ਘਿਓ ਕਿੱਦਾਂ ਖਾਧੇ ਆ ਹਾਂ ਉਹ ਨਹੀਂ ਮੇਰਾ ਨਾ ਹਿਸਾਬ ਨਹੀਂ ਉਹ ਲੱਗਣ ਡਿਆ ਚੌਰੀ ਨਾਲਾ ਟੱਪ ਜਾ ਕਿਹੜਾ ਤੇਰਾ ਨਾਲਾ ਟੁੱਟਣ ਲੱਗਾ ਉਹ ਅੰਦਰ ਕਿਤੇ ਮਾੜਾ ਮੋਟਾ ਛੋਟਾ ਨਹੀਂ ਇਹਦੇ ਨਾਲ ਹੈਗਾ ਉਹ ਨਹੀਂ ਇੱਧਰੋਂ ਦੀ ਆ ਜਾ ਚੌਰੀ ਕੁਛ ਨਹੀਂ ਚਲੋ ਤੁਸੀਂ ਆਉਂਦੇ ਹੋ ਤੇ ਆ ਜਾਂਦੇ ਹਾਂ ਭਾਈ ਆ ਮਾਰਾ ਛਾਲ ਫਿਰ ਮਾਰ ਚੌਰੀ ਇੱਧਰ ਖਲੋ ਕੇ ਜੇ ਤੈਨੂੰ ਗਾਲ ਕੱਢ ਦੇਵੇ ਕੋਈ ਤੇ ਤੂੰ ਤੇ ਨਾ ਇੱਧਰ ਆਇਆ ਫਿਰ ਮਾਰਦਾ ਪੁੱਤ ਛਾਲ ਮਾਰਦਾ ਫਿਰ ਤੇਰੇ ਕਹਿਣ ਤੇ ਲੈ ਵੇਖੀ ਫਿਰ ਤੂੰ ਜਵਾਨੀ ਦੇ ਕਿਤੇ ਉਹ ਵਕਤ ਯਾਦ ਕਰੇਗਾ ਵੀ ਚਾਚੇ ਨੇ ਛਾਲ ਮਾਰੀ ਸੀ ਮਾਰ ਇੱਕ ਗੱਲ ਆ ਇਹ ਪਿੰਡ ਦੇ ਵਿੱਚ ਕੋਈ ਹੱਡੀ ਜੋੜ ਵਾਲਾ ਬੰਦਾ ਹੈਗਾ ਆ ਤੂੰ ਇੰਜ ਕਰ ਮੈਂ ਨਾ ਤੂੰ ਇੱਥੇ ਹੀ ਖਲੋ ਮੈਂ ਇਹਦੇ ਉੱਤੇ ਪੁਲ ਬਣਾਉਂਦਾ ਤੂੰ ਉਹਦੇ ਥਾਣੀ ਆ ਜਾਈ ਉਹ ਲਓ ਜੀ ਲੱਗਾ ਜੇ ਪੁੱਤ ਮੈਂ ਛਾਲ ਮਾਰਨ ਪੈਰਾਸ਼ੂਟ ਬੰਨ ਲਾ ਪਤਾ ਕੀ ਆ ਇਹ ਬੜੇ ਬੜੇ ਖਾਲ ਟੱਪੇ ਆ ਅੱਲਾ ਜਾਣੇ ਇਸ ਜ਼ਮੀਨ ਨੂੰ ਕੀ ਗੱਲ ਆ ਮੇਰਾ ਹੌਂਸਲਾ ਨਹੀਂ ਪੈਣ ਡਿਆ ਪੈਰ ਪੁੱਟਣ ਦਾ ਚੌਰੀ ਇਸੇ ਜ਼ਮੀਨ 'ਚ ਹੀ ਜਾਣਾ ਤੂੰ ਅਤੇ ਹੁਣੇ ਹੀ ਚਲਾ ਜਾ ਕਾਲੀ ਕਾਲੀ ਜਾ ਤੈਨੂੰ ਪੁੱਤ ਮੇਰੇ ਨਿੱਕੇ ਨਿੱਕੇ ਪੋਤਰੇ ਆ ਹਜੇ ਤੇ ਮੈਂ ਅਜੇ ਬੜਾ ਮੌਜਾ ਮਾਣਨੀਆਂ ਆ ਮੈਂ ਸਮਝ ਗਿਆ ਚੌਰੀ ਜਿੰਨੀ ਦੇਰ ਤੈਨੂੰ ਆਹ ਨਾ ਵਹਾਏ ਤੂੰ ਨਹੀਂ ਟੱਪਣਾ ਚੱਲ ਆ ਆ ਹੁਣ ਆ ਹਾ ਲੱਗਾ ਹੀ ਆ ਟੱਪਣ ਮੈਂ ਤੈਨੂੰ ਆਖਣ ਡਿਆ ਸੀ ਵੀ ਮੁੜ ਜਾ ਕਾਕਾ ਕਿਉਂ ਜਵਾਨੀ ਜਿਹੜੀ ਚੌਰੀਆ ਤੈਨੂੰ ਪੱਠੇ ਵਹਾ ਕੇ ਜਿੱਧਰ ਮਰਜ਼ੀ ਲੈ ਜਾਓ ਸੁੱਟ ਪੁੱਤ ਪੱਠੇ ਸਾਡੀ ਆਪਣੀਆਂ ਜ਼ਮੀਨਾਂ ਦੇ ਪੱਠੇ ਪਏ ਆ ਤੇ ਚੌਰੀ ਕਿਹੜਾ ਚੌਰੀ ਆਪਣਾ ਚੌਰੀ ਪਾਣੀ ਲਾਇਆ ਕਿਸੇ ਨੇ ਤਾਜ਼ਾ ਹੀ ਹਨਾ ਓਏ ਆ ਜ਼ਿਮੀਦਾਰਾ ਪੁੱਤ ਪਾਣੀ ਅਸੀਂ ਨਾ ਲਾਈਏ ਸੁਹਾਗਾ ਫੇਰ ਨਾ ਖਾਦਾਂ ਪਾਉਣੀਆਂ ਚੌਰੀ ਫਰੂਕ ਨਾ ਹੁਣ ਤੁਹਾਨੂੰ ਬੁਲਾਉਣਾ ਮੈਂ ਆਹੋ ਤੂੰ ਆਖਣ ਤੇ ਰਿਹਾ ਮੈਂ ਚੌਰੀ ਫਰੂਕ ਚੱਦੜ ਇੱਥੇ ਚੰਗਾ ਟੈਕਾ ਉਹਦਾ ਚੰਗਾ ਬੜਾ ਬਤਾਲੀ ਚੱਕਦਾ ਉਹਦਾ ਨਾਂ ਹੀ ਬੜਾ ਬਤਾਲੀ ਚੱਕ ਚਲੋ ਮਿਲ ਲੈਂਦੇ ਹਾਂ ਅਸੀਂ ਕਿਹੜਾ ਕੰਮੀ ਹਾਂ ਅਸੀਂ ਵੀ ਚੌਰੀ ਹਾਂ ਉਹ ਬਹੁਤ ਇੰਨਾ ਟਾਈਮ ਨਹੀਂ ਗਾ ਮੇਰੇ ਕੋਲੋਂ ਕਿੱਥੇ ਆ ਫਰੂਕ ਚੱਦੜ ਉਹਨੂੰ ਲੱਭ ਦੋ ਮਿੰਟ ਜਿਹੜੀ ਕੋਈ ਗੱਲ ਕਰਨੀ ਆ ਕਰਕੇ ਤੇ ਚੱਲੀਏ ਘਰ ਨੂੰ ਨਹੀਂ ਟਾਈਮ ਕਹੀ ਚੌਰੀ ਤੂੰ ਕਿਹੜਾ ਜਾ ਕੇ ਟੂਬਲ ਚਲਾਉਣਾ ਟੂਬਲ ਚਲਾਉਣ ਵਾਲੇ ਉੱਥੇ ਜ਼ਿਮੀਦਾਰ ਕੋਲੋਂ ਹੁੰਦੇ ਆ ਮਜ਼ਾਰੇ ਸਾਡੇ ਕੋਲ ਉੱਥੇ ਕੰਮ ਕਰਦੇ ਆ ਕੰਮ ਅਸੀਂ ਕਿਹੜਾ ਕਿਤੇ ਜ਼ਮੀਨਾਂ 'ਤੇ ਆਪ ਕੰਮ ਕਰਨਾ ਹੁੰਦਾ ਆ ਆਪ ਨਹੀਂ ਕਰਦੇ ਤੁਸੀਂ ਨਹੀਂ ਆਪ ਹੁਣ ਵਿਹਲੇ ਥੋੜ੍ਹਾ ਜ਼ਮੀਨਦਾਰ ਬੜਾ ਹੱਡ ਹਰਾਮ ਆ ਤੂੰ ਕੋਈ ਕੰਮ ਹੀ ਨਹੀਂ ਕਰਦਾ ਯਾਰ ਮੈਂ ਹੁਣ ਦੀ ਗੱਲ ਕਰਦੇ ਹਾਂ ਜਵਾਨੀ 'ਚ ਪੁੱਤ ਬੜਾ ਕੰਮ ਕੀਤਾ ਆ ਮੈਂ ਸੁਹਾਗੇ ਫੇਰਨੇ ਕਿਤੇ ਖਾਦਾਂ ਪਾਉਣੀਆਂ ਖਾਲੇ ਮਾਰਨੇ ਹਾਂ ਹੈਂ ਇਹ ਕਿਤੇ ਕਿਤੇ ਆਮ ਕੰਮ ਆ ਅਤੇ ਚੌਰੀ ਕਿਤੇ ਸੱਪ ਸੁੱਪ ਵੀ ਵਿੱਚ ਹੋ ਆ ਜਾਂਦਾ ਆ ਸੱਪ ਮੇਰੇ ਨਾਲ ਗੱਲਾਂ ਕਰਨ ਡਿਆ ਆ ਆ ਕੀ ਜਾਂਦਾ ਨਹੀਂ ਕਹਿੰਦੇ ਆ ਵੀ ਪਾਣੀ ਪੂਣੀ ਲਾਉਂਦੇ ਆ ਰਾਤ ਨੂੰ ਸੱਪ ਵੀ ਆ ਜਾਂਦਾ ਉਹ ਜ਼ਿਮੀਦਾਰ ਨੂੰ ਪੁੱਤ ਸੱਪ ਕੁਛ ਨਹੀਂ ਆਉਂਦਾ ਉੱਥੇ ਜ਼ਿਮੀਦਾਰ ਦਾ ਵਾਕਫ ਹੁੰਦਾ ਕੁਛ ਨਹੀਂ ਆਉਂਦਾ ਸੱਪ ਤਾਂ ਸੱਪ ਹੀ ਆ ਉਹ ਕਹਿੰਦੇ ਨਹੀਂ ਸੱਪਾਂ ਦੇ ਪੁੱਤ ਮਿੱਤ ਨਹੀਂ ਬਣਦੇ ਭਾਵੇਂ ਚੁਲੀਆਂ ਦੁੱਧ ਪਿਆਈਏ ਉਹਦੇ ਗੁੱਗੇ ਪੀਰ ਨੂੰ ਲੜ ਗਿਆ ਸੀ ਉਹ ਸ਼ਹਿਰਾਂ ਦੀ ਗੱਲ ਆ ਪੁੱਤ ਜ਼ਿਮੀਦਾਰ ਜਦੋਂ ਕਈ ਵਾਹੁੰਦਾ ਆ 20 ਵਾਰੀ ਸੱਪ ਮਾਰ ਕੇ ਇਧਰਲੇ ਪਾਸੇ ਕਰ ਦਈਦਾ ਤੇ ਫਿਰ ਪਾਣੀ ਲਾ ਦਈਦਾ ਤੁਸੀਂ ਕਦੀ ਸੱਪ ਮਾਰਿਆ ਆ ਮੇਰੇ ਤੂੰ ਨਾ ਹੱਥੋਂ ਮਰ ਜੀ ਸੱਪ ਤੇ ਨਹੀਂ ਉਹ ਮੈਂ ਮਾਰਿਆ ਆ ਜਿਹੜੀਆਂ ਤੂੰ ਡਿਆ ਗੱਲਾਂ ਕਰਨ ਤੂੰ ਵੀ ਗੱਪਾਂ ਹੀ ਮਾਰੀਆਂ ਸੱਪ ਕਦੀ ਨਹੀਂ ਮਾਰਿਆ ਉਹ ਤੇ ਜਦੋਂ ਰਾਤ ਨੂੰ ਪਾਣੀ ਲਾਈਦਾ 20 ਵਾਰੀ ਜਿਹੜੇ ਆ
ਆ ਮੈਂ ਕਾਲਾ ਮੰਬਾ ਜਿਹੜਾ ਸੁਣਿਆ ਸੀ ਕਦੇ ਟੀ ਵੀ 'ਤੇ ਕਾਲਾ ਆਹੋ ਉਹ ਮੈਂ 20 ਵਾਰੀ ਹੱਥੀ ਮਾਰਿਆ ਆ ਹੱਥੀ ਆਹੋ ਵੀ ਉੱਥੇ ਲਾਉਂਦੇ ਆ ਪਾਣੀ ਉੱਧਰ ਆਉਣਾ ਮਾਰਨੀ ਕਈ ਦੋ ਟੋਟੇ ਕਰਕੇ ਉੱਥੇ ਟੋਇਆ ਕੱਢ ਕੇ ਦੱਬ ਕੇ ਅਤੇ ਫਿਰ ਪਾਣੀ ਲਾ ਦੇਣਾ ਵਾਹ 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 ਸੁਣਿਆ ਫਿਰ ਉਹਦੇ ਫਸਲ 'ਚ ਸੱਪ ਉੱਗੇ ਸੀ ਨਹੀਂ ਤਾਂ ਸੱਪ ਨਾਲ ਮੈਂ ਖਾਦ ਵੀ ਪਾਤੀ ਸੀ ਚਲੋ ਠੀਕ ਆ ਚੌਰੂ ਸਾਹਿਬ ਨਾਲ ਮਿਲਾਉਂਦੇ ਤੁਹਾਨੂੰ ਆਹ ਫਰੂਕ ਚੱਦਰ ਦਾ ਦੱਸਣ 'ਤੇ ਡਿਆ ਹਾਂ ਚਲੋ ਮਿਲਦੇ ਹਾਂ ਵੇਹਨੇ ਆ ਕਿੱਦਾਂ ਦਾ ਚੌਰੀ ਆ ਉਹ ਕਾਕਾ ਕਿਹੜਾ ਚੌਰੀ ਆ ਮੈਂ ਮੈਨੂੰ ਜ਼ਮੀਨਾਂ ਜ਼ਮੂਨਾਂ ਵਿਖਾ ਜਿਹੜੀਆਂ ਮੈਂ ਲੈਣੀਆਂ ਆ ਉਹ ਮੈਂ ਆਇਆ ਉਹਦੇ ਕੋਲ ਉਹਨੇ ਫੋਨ ਕੀਤਾ ਸੀ ਚੌਰੂ ਸਾਹਿਬ ਲਓ ਉਹ ਆਉਂਦਾ ਨੇ ਭਰਮ ਰੱਖਿਆ ਸੀ ਚੌਰੀ ਫਰੂਕ ਚੱਦੜ ਸਾਹਿਬ ਇੱਧਰ ਨੇ ਆ ਕਿਤੇ ਹੱਥ ਲਵਾ ਕਿਤੇ ਨਹੀਂ ਦਿਸਣ ਡਿਆ ਮੈਨੂੰ ਤੇ ਚੌਰੀ ਤੇਰੀ ਕੋਈ ਗੁੱਡੀ ਵਧੀ ਉੱਤੇ ਵੇਖੀ ਜਾਂਦਾ ਇਹ ਚੌਰੀ ਇਹਦੇ ਵਿੱਚ ਚੌਰੀ ਸੀਗਾ ਉਹ ਅੱਛਾ ਲੈ ਵੀ ਆ ਚੌਰੀ ਆ ਬੱਲੇ ਵੀ ਬੱਲੇ ਹੋਰ ਚੌਰ ਸਾਹਿਬ ਸਭ ਖੈਰ ਆ ਅਸੀਂ ਪਿੰਡ ਵੀ ਗਏ ਤੁਹਾਨੂੰ ਲੱਭ ਕੇ ਆਏ ਆ ਉੱਥੇ ਉਹਨਾਂ ਨੇ ਕਿਹਾ ਜੀ ਚੌਰੀ ਤੇ ਸਵੇਰ ਦਾ ਨਿਕਲਿਆ ਲੱਭਣ ਹੀ ਨਹੀਂ ਰਿਹਾ ਉੱਥੇ ਮਸੀਤੇ ਵੀ ਲਾਣ ਆਉਂਦਿਆ ਸੀ ਮੈਂ ਇੱਥੇ ਪੋਲਟਰੀ ਫਾਰਮ ਛੋਟਾ ਜਿਹਾ ਸ਼ੁਰੂ ਕੀਤਾ ਸੀ ਆਪਣੇ ਵਾਸਤੇ ਮੁਰਗੀਆਂ ਨਾਲ ਰਲ ਕੇ ਕੰਮ ਸ਼ੁਰੂ ਕਰ ਲੈਂਦਾ ਮੈਨੂੰ ਯਾਦ ਆਇਆ ਤੁਹਾਡੀ ਸ਼ਕਲ ਬੜੀ ਕੋਚਵੰਦ ਛਾਂਟੇ ਵਰਗੀ ਚੌਰੀ ਦੀ ਮੈਂ ਗੱਲ ਸੁਣ ਕੇ ਰਾਜੀ ਹੋ ਗਿਆ ਵੀ ਮੁਰਗੀਆਂ ਦਾ ਪੌਂਡਿਆ ਵਾ ਇਹ ਸ਼ੈੱਡ ਤੇ ਪਿੰਡ ਵਾਲੀ ਰਿਹਾਇਸ਼ ਛੱਡ ਕੇ ਤੇ ਨਾਲ ਹੀ ਕਰ ਲਾ ਤੂੰ ਵੀ ਉਹਨਾਂ ਦੇ ਦਰਅਸਲ ਇਹ ਵੀ ਚੌਧਰੀ ਆ ਇਹਦਾ ਨਾਂ ਜੀ ਚੌਰੀ ਫਕੀਰ ਹੁਸੈਨ ਮੰਗਤ ਨਹੀਂ ਨਹੀਂ ਇਹ ਮੰਗਤ ਮੰਤਾਂ ਨਾਲ ਲਿਆ ਉਹਨਾਂ ਨੇ ਮੇਰੇ ਨਾਲ ਗਨਮੈਨ ਨਹੀਂ ਆਏ ਨਹੀਂ ਉਹ ਨੀ ਅੱਜ ਆਏ ਫਿਰ ਜਰਾ ਰਾਇਤ ਕਰ ਲੈਨੇ ਅੱਛਾ ਚੌਰ ਸਾਹਿਬ ਇੱਧਰ ਮੇਰੀ ਗੱਲ ਸੁਣੋ ਅਸੀਂ ਆਏ ਹਾਂ ਤੁਹਾਡੇ ਵੱਲ ਇਸ ਲਈ ਅੱਛਾ ਇਹ ਨੇ ਆਪਣੇ ਚੌਰੀ ਫਕੀਰ ਹੁਸੈਨ ਮੰਗਤ ਸਾਹਿਬ ਅੱਛਾ ਇਹਨਾਂ ਨੇ ਲੈਣੀ ਕੋਈ ਜ਼ਮੀਨ ਠੀਕ ਹੋ ਗਿਆ ਇੱਧਰ ਤੁਸੀਂ ਨਹੀਂ ਕਿਹਾ ਮੋਟਰਵੇ ਜਿਹੜਾ ਬਣਿਆ ਉਹਦੇ ਨਾਲ ਇਹਨੂੰ ਅਕਰਮ ਦਾਸ ਵਾਲੀ ਜਗ੍ਹਾ ਲੈ ਦਿਓ ਉਹ ਮੇਰੇ ਉਹ ਗੱਲ ਸੁਣੋ ਮੇਰੀ ਗੱਲ ਸੁਣ ਹਾਂ ਉਹ ਜਗ੍ਹਾ ਮੈਂ ਨਹੀਂ ਉਹ ਲੈਣੀ ਬੜੀ ਨੈਸ਼ ਜਗ੍ਹਾ ਆ ਤੇ ਉਹ ਨੈਸ਼ ਤੂੰ ਕਿਹੜਾ ਕਰਮਾ ਵਾਲਾ ਹੈਗਾ ਸਲੀਮ ਸਾਹਿਬ ਇਹ ਕੌਣ ਉਬਲੇ ਚੌਲਾਂ ਦੇ ਗੁਲਕੰਦ ਪਾ ਕੇ ਖਾਣ ਵਾਲਾ ਚੌਰੀ ਪਿੰਡ ਚ ਕਰਦਾ ਵਾ ਕੋਈ ਵੀ ਜੰਜ ਜੁੰਜ ਹੋਵੇ ਚੌਧਰੀ ਉੱਥੇ ਪਹੁੰਚ ਜਾਂਦਾ ਬੜਾ ਬਿਮਾਰ ਬੱਕਰੀ ਵਰਗਾ ਮੂੰਹ ਗਿਆ ਵੇਖ ਲੋ ਤੂੰ ਇਹ ਚੌਧਰੀ ਆ ਏਦਾਂ ਦੇ ਚੌਧਰੀ ਮਸ਼ਹੂਰ ਹੁੰਦੇ ਪਿੰਡ ਚ ਹਾਰ ਤੋੜ ਚੌਧਰੀ ਚੌਰ ਸਾਹਿਬ ਇਹ ਜ਼ਮੀਨ ਸਾਰੀ ਆਪਣੀ ਹੈ ਜੀ ਹਾਂਜੀ ਸ਼ੁਕਰ ਅਲਹਮਦੁਲਿਲਾਹ ਸਾਰੀ ਦਿਹਾੜੀ ਚ ਪੂਰੀ ਫਿਰ ਲੈਂਦੇ ਹੋ ਹਾਂਜੀ ਅਲਹਮਦੁਲਿਲਾਹ ਕਿਉਂ ਨਹੀਂ ਅੱਛਾ ਜੀ ਤੇ ਚੌਰੀ ਆਪਣਾ ਇੱਥੇ ਬਾਗ ਲਾਏ ਤੁਸੀਂ ਹਾਂਜੀ ਅਮਰੂਦਾਂ ਦਾ ਬਾਗ ਹੈ ਪੋਲਟਰੀ ਫਾਰਮ ਸ਼ੁਰੂ ਕੀਤਾ ਹੈ ਚੋ ਸਲੀਮ ਨੇ ਤੂੰ ਇੱਕ ਤੇ ਖਾਣਾ ਹੁੰਦਾ ਤੈਨੂੰ ਕੀ ਲੋੜ ਹੈ ਪੂਰਾ ਬਾਗ ਲਾ ਲਿਆ ਤੂੰ ਕਿਸੇ ਕੋ ਵੀ ਖੋ ਕੇ ਖਾ ਸਕਦਾ ਉਹ ਸਲੀਮ ਸਾਹਿਬ ਦੋਸਤਾਂ ਯੋਸਤਾਂ ਵਾਸਤੇ ਹੁੰਦਾ ਹਾਂ ਹੈ ਅੱਛਾ ਚੌਰ ਸਾਹਿਬ ਇਹ ਤੁਸੀਂ ਪਾ ਲਓ ਨਾ ਤੇ ਥੋੜੇ ਜਿਹੇ ਉੱਚੇ ਲੱਗੋਗੇ ਤੁਸੀਂ ਇਹ ਗੱਲ ਹੈ ਸਲੀਮ ਸਾਹਿਬ ਬੰਦਾ ਗੱਲ ਨਾਲ ਵੱਡਾ ਹੁੰਦਾ ਹੈ ਬੇਸ਼ੱਕ ਨਹੀਂ ਚੌਰੀ ਸਾਹਿਬ ਹੈ ਤੇ ਗੱਲ ਨਾਲ ਤੇ ਬਹੁਤ ਵੱਡੇ ਨੇ ਵਾਹ ਚੌਰੀ ਆ ਜਿਹੜਾ ਗੱਲ ਨਾਲ ਵੀ ਨੀਵਾਂ ਰਹਿਣਾ ਮੈਂ ਚੌਰ ਸਾਹਿਬ ਕੌਣ ਹੈਗਾ ਮੈਨੂੰ ਦੱਸੋ ਤੂੰ ਕਦੀ ਪੀਸੀ ਹੋਟਲ ਗਿਆ ਪੀਸੀ ਹੋਟਲ ਆਹੋ ਚੌਰੀ ਨੂੰ ਉੱਥੇ ਨਹੀਂ ਵੇਖਿਆ ਤੂੰ ਹਾਂ ਮੈਂ ਵੇਖਿਆ ਸੀ ਜਿਹੜਾ ਗੇਟ ਖੋਲਦਾ ਆਇਆ ਕਰਕੇ ਉਹ ਨਹੀਂ ਉਹ ਤੇ ਇਹਨਾਂ ਦਾ ਪਤਾ ਨਹੀਂ ਕੁਛ ਲੱਗਦਾ ਨਹੀਂ ਅੱਛਾ ਗੱਲ ਇਹ ਵੇ ਗੇਟ ਤਾਂ ਮੈਂ ਖੋਲਣਾ ਪਰ ਇਹਦਾ ਸਿਰ ਵੀ ਮੈਂ ਚੌਰੀ ਸਾਹਿਬ ਖੋਲ ਦੇਣਾ ਤਾਂ ਮੈਂ ਦੱਸ ਦਿਆਂ ਇਹਦਾ ਚੌਰੀ ਪਹਿਲੇ ਹੀ ਬਹੁਤ ਖੁੱਲਾ ਦੇਖ ਤੇ ਸਹੀ ਅੱਛਾ ਚੌਰ ਸਾਹਿਬ ਚੌਧਰੀ ਹੋ ਕੇ ਸਲੀਮ ਸਾਹਿਬ ਗੱਲ ਸੁਣੋ ਮੈਨੂੰ ਜੇ ਗੁੱਸਾ ਚੜ੍ਹ ਕਰ ਮੈਂ ਤਾਂ ਸਿਰ ਤੋਂ ਕੀਸੀ ਕਰ ਦੇਣੀ ਇਹ ਕੋਈ ਏਡਾ ਰੌਲਾ ਤਾਂ ਨਹੀਂ ਉਹਨੇ ਕਿਹੜਾ ਇਨਕਾਰ ਕਰਨਾ ਚੌਰੀ ਸਾਹਿਬ ਗੁੱਸਾ ਨਾ ਕਰੋ ਚੱਦੜ ਸਾਹਿਬ ਮੈਨੂੰ ਸ਼ੀਮੇ ਨੇ ਦੱਸਿਆ ਸੀ ਵੀ ਤੁਹਾਡੀ ਪਿਛਲੇ ਦਿਨ ਦੁਸ਼ਮਣ ਪੈ ਗਿਆ ਸੀ ਤੁਹਾਡੇ ਕੋਲ ਰਾਸ ਖੋਲੇ ਉਹਨਾਂ ਨੇ ਹਾਂਜੀ ਹਾਂਜੀ ਖੋਲ ਲੈਣੇ ਚੌਰੀ ਕੋ ਬੜੇ ਬੜੇ ਪਚਾਇਆ ਸੀ ਉਹ ਖੋਲ ਲੈਣ ਤੁਸੀਂ ਬਦਲਾ ਲੈਣਾ ਅੱਜ ਮੈਨੂੰ ਦੱਸੋ ਆਪਣਾ ਪੋਲਟਰੀ ਫਾਰਮ ਵਿਖਾ ਸ਼ੈੱਡ ਵਿਖਾ ਆਪਣਾ ਜਿੱਥੇ ਰਿਹਾਇਸ਼ ਆ ਉੱਥੇ ਮੁਰਗੀਆਂ ਰਹਿੰਦੀਆਂ ਨੇ ਚੌਰ ਸਾਹਿਬ ਇਹ ਦੱਸੋ ਕਿ ਅੱਜ ਕੱਲ੍ਹ ਤੁਸੀਂ ਕੀ ਬੀਜਿਆ ਕਣਕਾਂ ਕੁਣਕਾਂ ਕੋਈ ਜਾਂ ਕਿਹੜੀ ਕਣਕਾਂ ਦੇ ਲਾ ਲਈਆਂ ਕਣਕਾਂ ਦੀ ਕਟਾਈ ਕਰ ਲਈ
ਹੁਣ ਇਨਸ਼ਾਅੱਲਾ ਤਾਂ ਮੂੰਜੀ ਬੀਜਾਂਗੇ ਫਿਰ ਸਬਜ਼ੀਆਂ ਬੀਜਾਂਗੇ ਇਹ ਕਣਕ ਦੇ ਨਾਲ ਤੈਨੂੰ ਕੌਣ ਕੱਟ ਗਿਆ ਨਾਲ ਹੈ ਚੌਰ ਸਾਹਿਬ ਵੇ ਲੋ ਸਲੀਮ ਸਾਹਿਬ ਨੇ ਸਿਰਫ ਤੁਹਾਡੀ ਵਜ੍ਹਾ ਤੋਂ ਹਜਾਂ ਦਾ ਕਰਨ ਲਿਆ ਨਹੀਂ 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 ਤੁਸੀਂ ਹਜਾ ਨਾ ਕਰੋ ਤੁਸੀਂ ਆਪਸ 'ਚ ਚੌਰ ਹੀ ਹੋ ਮੈਂ ਇਹਦੇ ਵਿੱਚ ਆਉਣਾ ਹੀ ਨਹੀਂ ਹਾਂ ਤੇ ਤੂੰ ਐਵੇਂ ਵੀ ਨਾ ਕਿਉਂਕਿ ਤੁਹਾਡੀ ਸਿਹਤ ਇਜਾਜ਼ਤ ਨਹੀਂ ਦਿੰਦੀ ਆਉਣ ਵਾਸਤੇ ਠੀਕ ਹੈ ਨਾ ਅੱਛਾ ਚੌਰ ਸਾਹਿਬ ਦੇ ਲਓ ਨਾ ਕੋਈ ਚਾਹ ਨਾ ਕੋਈ ਪਾਣੀ ਕੋਈ ਲੱਸੀ ਕੋਈ ਪਿੰਡ 'ਚ ਆਏ ਆ ਤੁਹਾਡੇ ਪਹਿਲੀ ਵਾਰੀ ਜਨਾਬ ਹਰ ਚੀਜ਼ ਆਈ ਪਈ ਹੈ ਤੁਸੀਂ ਆ ਵਿਜ਼ਿਟ ਕਰੋ ਹਰ ਚੀਜ਼ ਤੋਂ ਖਾਣੇ ਚਾਹ ਪਾਣੀ ਅੱਛਾ ਜੀ ਵੈਸੇ ਦੇਸੀ ਮੁਰਗੇ ਦਾ ਆ ਮੋਟਰਸਾਈਕਲ ਤੁਹਾਡਾ ਚੌਰ ਸਾਹਿਬ ਇਹ ਮੇਰਾ ਨਹੀਂ ਇਹ ਮੁਲਾਜ਼ਮ ਦਾ ਹੈਗਾ ਮੈਨੂੰ ਇਹ ਪਹਿਲਾਂ ਦੱਸੋ ਮੇਰੀ ਸ਼ਕਲ ਹੈ ਕਿ ਮੋਟਰਸਾਈਕਲ ਤੁਸੀਂ ਤੇ ਕਾਲੀ ਗੱਡੀ ਤੇ ਆਏ ਆ ਜਨਾਬ ਤੁਹਾਨੂੰ ਬਹਾਨਾ ਹੋਣਾ ਕਾਲੀ ਬਿੱਲੀ ਆ ਉੱਥੇ ਫਿਰ ਰਹੀ ਕਾਲੀ ਬਿੱਲੀ ਨਹੀਂ ਉਹ ਕਾਲੀ ਬਿੱਲੀ ਹੈ ਵੇ ਜਿੰਦਾ ਤੁਹਾਨੂੰ ਸ਼ੱਕ ਪਿਆ ਤੇ ਚੌਰ ਸਾਹਿਬ ਆਪਣਾ ਸਾਈਕਲ ਸੁਕਲ ਵੀ ਰੱਖਿਆ ਆਪਣਾ ਨਹੀਂ ਚੌਰ ਸਾਹਿਬ ਬਗਾਨਾ ਗੱਲ ਇਹ ਵੇ ਸਾਈਕਲ ਨਹੀਂ ਵੱਡੀ ਗੱਡੀ ਰੱਖੀ ਕਾਲੇ ਰੰਗ ਦੀ ਤਿੰਨ ਪਹੀਆਂ ਵਾਲੀ ਸਾਈਕਲ ਆ ਚੋਰੀ ਕੋ ਪੂਰੇ ਭਾਰ ਨਾਲ ਚਲਾਉਂਦਾ ਆ ਬਾਹਰ ਅੰਦਰ ਜਦੋਂ ਜਾਣਾ ਹੋਵੇ ਨਾ ਫਿਰ ਉਹ ਕੱਢਦਾ ਤਿੰਨ ਪਹੀਆਂ ਵਾਲੀ ਸਲੀਮ ਸਾਹਿਬ ਇਹ ਕੋਈ ਮੈਨੂੰ ਚੌਧਰੀ ਘਟਿਆ ਕਿਸਮ ਦਾ ਲੱਗਣ ਡਿਆ ਕਿ ਜਿਹਨੀ ਹੌਲੀ ਹੌਲੀ ਗੱਲਾਂ ਕਰਦਾ ਭਾਰੀਆਂ ਗੱਲਾਂ ਕਰੇ ਅੱਛਾ ਚੌਰ ਸਾਹਿਬ ਆਹ ਉੱਥੋਂ ਤੁਰ ਕੇ ਆਏ ਨੇ ਤੇ ਹੋਰ ਛੋਟੇ ਹੋ ਗਏ ਨੇ ਆਹੋ ਚੌਰੀ ਤੁਰ ਤੁਰ ਕੇ ਮਿਟ ਜਾਣਾ ਮੈਨੂੰ ਲੱਗਦਾ ਅੱਜ ਜਨਾਬ ਤਾਂ ਤੁਸੀਂ ਵੀ ਪਤਲੇ ਹੋ ਜਾਣਾ ਤੁਹਾਡੀ ਇਹ ਮਤਲਬ ਹੈ ਕਮਾਂਡ ਵਰਗੀ ਸ਼ਕਲ ਗੰਨਾ ਨਹੀਂ ਹੁੰਦਾ ਜਿਵੇਂ ਇੱਕ ਗੰਨਾ ਇੱਕ ਗੰਨਾ ਹੁੰਦਾ ਮੈਨੂੰ ਤੇ ਇੰਜ ਹੀ ਲੱਗਣ ਡਿਆ ਜੇ ਚੌਰੀ ਨੇ ਸਕੂਲੇ ਛੱਡਣ ਜਾਣ ਡਏ ਤੇਰੀ ਪਤਾ ਕਿ ਤੇਰੇ ਅੰਦਰ ਦੀ ਗੁਰਬਤ ਨਹੀਂ ਜਾਣ ਡਈ ਗੱਲ ਇਹ ਗੁਰਜੀਤ ਇਹੋ ਜਿਹੀਆਂ ਗੱਲਾਂ ਤਾਂ ਕਰਨਾ ਤੂੰ ਹੋਰ ਗੱਲ ਕੋ ਨਹੀਂ ਇਹ ਜਨਾਬ ਇਹ ਸਾਡਾ ਪੋਲਟਰੀ ਫਾਰਮ ਹੈਗਾ ਅੱਛਾ ਜੀ ਇਹ ਆਪਣਾ ਤੁਹਾਨੂੰ ਦੱਸਿਆ ਸੀ ਨਾ ਅੱਗੇ ਚੌਰ ਸਾਹਿਬ ਇਹਦੇ 'ਚ ਬਹਿ ਜਾਓ ਤੁਸੀਂ ਫਿਰ ਨਾ ਤੁਹਾਨੂੰ ਜ਼ਿਆਦਾ ਫਿਰ ਤੁਰਨਾ ਨਹੀਂ ਪਏਗਾ ਨਹੀਂ ਜਨਾਬ ਇਹਦੇ ਵਿੱਚ ਜਾਂਦੀ ਵਾਰ ਪਵਾਂਗੇ ਨਾ ਅੱਛਾ ਸਲੀਮ ਸਾਹਿਬ ਮੈਨੂੰ ਪਹਿਲਾਂ ਦੱਸੋ ਆਪਣੀ ਸਿਹਤ ਦੇ ਮੁਤਾਬਕ ਕੰਮ ਕਰਿਆ ਕਰੋ ਚੌਰੀ ਇੱਦਾਂ ਤੁਹਾਨੂੰ ਦੱਸਿਆ ਡਾਕਟਰ ਨੇ ਮਨਾ ਕੀਤਾ ਚੌਰੀ ਨੇ ਇਹਦੇ 'ਚ ਇੰਜਨ ਰਖਾ ਲੈਣਾ ਕਿਸ ਟਾਈਮ ਵੇਖ ਲਈ ਅੱਛਾ ਚੌਰ ਸਾਹਿਬ ਇਹ ਸਾਰਾ ਪੋਲਟਰੀ ਫਾਰਮ ਆਪਣਾ ਬਣ ਰਿਹਾ ਕੱਚੀਆਂ ਦੀਵਾਰਾਂ ਬਣ ਰਹੀਆਂ ਨੇ ਹਾਂਜੀ ਬਿਲਕੁਲ ਜੀ ਹਾਂ ਬਈ ਹੋਰ ਕੋਈ ਗੱਲਬਾਤ ਹੈ ਤੇਰੇ ਕੋਲ ਬਗੈਰ ਬਾਂਦਰ ਦੇ ਤਮਾਸ਼ਾ ਕਰਨ ਵਾਲਿਆ ਕੋਈ ਗੱਲਬਾਤ ਹੀ ਦੱਸ ਯਾਰ ਇਹ ਮੈਂ ਤੁਹਾਨੂੰ ਤਾਰਾ ਕਰਵਾ ਦਿਆਂ ਕਰਨ ਡਿਆ ਆ ਵੇਖ ਲੈ ਸ਼ੀਮਿਆ ਬਤਮੀਜ਼ੀ ਮੈਂ ਕਿ ਤੇਰੇ ਸਿਰ ਤੇ ਬੈਠ ਡਿਆ ਬਤਮੀਜ਼ੀ ਸਲੀਮ ਸਾਹਿਬ ਮੈਂ ਤੁਹਾਡੀ ਵਜ੍ਹਾ ਜਾ ਕਰਨ ਡਿਆ ਬਿਲਕੁਲ ਕਰੋ ਲਓ ਮੈਂ ਫਿਰ ਚਲਾ ਜਾ ਸ਼ਕਲ ਇੰਜ ਨਰਸ ਦੀ ਕੋਈ ਨਹੀਂ ਹੁੰਦੀ ਜਿਵੇਂ ਨਹੀਂ ਤਾਂ ਤੁਹਾਨੂੰ ਪਤਾ ਚੌਰੀ ਕਿਉਂ ਇੰਨੀਆਂ ਜੁਗਤਾਂ ਕਰ ਰਿਹਾ ਆਹਾ ਇਹ ਚੌਰੀ ਮਰਹੂਮ ਸਾਡੇ ਅਮਾਨੁੱਲਾ ਸਾਹਿਬ ਦਾ ਸ਼ਾਗਿਰਦ ਹੈ ਓਏ ਹੋਏ ਹੋਏ ਉਹ ਜਿਹੜਾ ਬੜੇ ਲੈਜੈਂਡ ਸੀ ਜਿਹੜੇ ਅਮਾਨੁੱਲਾ ਸਾਹਿਬ ਪੂਰਾ ਪਾਕਿਸਤਾਨ ਪੂਰੀ ਦੁਨੀਆ ਜਾਣਦੀ ਆ ਉਹਨਾਂ ਇਹ ਉਹਨਾਂ ਦੇ ਮਤਲਬ ਸ਼ਾਗਿਰਦ ਵੀ ਹੋਏ ਨੇ ਉਹਨਾਂ ਕੋਲ ਰਹਿ ਕੇ ਵੀ ਤਮੀਜ਼ ਨਹੀਂ ਆਈ ਵੀ ਮਹਿਮਾਨ ਨਾਲ ਕਿੱਦਾਂ ਗੁਫ਼ਤਗੂ ਕਰੀਦੀ ਆ ਮਹਿਮਾਨ ਨਾਲ ਮੈਂ ਤੇਰੇ ਕੀ ਗੱਲ 'ਚ ਹਾਰ ਪਾਵਾਂਗਾ ਮੈਂ ਸ਼ਕਲ ਦੇ ਮੁਤਾਬਕ ਬੰਦੇ ਦਾ ਕੰਮ ਕਰਨਾ ਲੋ ਹਾਰ ਤੋਂ ਯਾਦ ਆਇਆ ਚੌਰੀ ਨੂੰ ਇੱਕ ਵਾਰੀ 500 ਵਾਲਾ ਹਾਰ ਪਾਇਆ ਵਿੱਚੋਂ ਨਿਕਲ ਕੇ ਚਲਾ ਗਿਆ ਇਹ ਚੌਰੀ ਕੋਈ ਚੱਦੜ ਸਾਹਿਬ ਐਵੇਂ ਹੀ ਨਹੀਂ ਗਏ ਪਚੈਤਾਂ ਹੁੰਦੀਆਂ ਨੇ ਇਹਨਾਂ ਕੋਲ ਬੱਲੇ ਪਰਸੋਂ ਪਚਾਇਤ ਆਈ ਹੈ ਬੜੀ ਜ਼ਬਰਦਸਤ ਅੱਛਾ ਪਚਾਇਤ ਹੁੰਦੀ ਸੀ ਬਾਹਰ ਕਿਸੇ ਨੇ ਆਵਾਜ਼ ਲਾਤੀ ਕੁੜੀਓ ਮੁੰਡਿਓ ਚੌਲ ਮੰਡੀ ਤੇ ਲਈ ਜਾਓ ਫਿਰ ਚੌਰੀ ਲੈ ਗਿਆ ਦੌੜ ਅੱਛਾ ਚੌਰ ਸਾਹਿਬ ਇਹ ਕਿੰਨੇ ਮਰਲੇ 'ਚ ਬਣਾ ਰਹੇ ਹੋ ਤੁਸੀਂ ਇਹ ਜਨਾਬ ਪੂਰੇ ਏਕੜ 'ਚ ਸ਼ੁਰੂ ਕਰ ਰਹੇ ਇੱਕ ਏਕੜ ਮੁਰਗੀਆਂ ਫਿਰਨਗੀਆਂ ਮੁਰਗੀਆਂ ਫਿਰਨਗੀਆਂ ਬੇਸ਼ੱਕ ਇਹ ਲਗੜ ਬਗੜ ਵੀ ਫਿਰ ਲਵੇ ਤੇ ਕੋਈ ਹਰਜ ਨਹੀਂ ਉਹ ਚੌਧਰੀ ਆ ਮੈਂ ਨਹੀਂ ਅੱਛਾ ਪੂਰੇ ਏਕੜ ਦੇ ਵਿੱਚ ਠੀਕ ਹੋ ਗਿਆ ਇਨਸ਼ਾਅੱਲਾ ਤਾਲਾ ਫਿਰ ਤਿੰਨਾਂ ਏਕੜਾਂ 'ਚ ਫਿਰ ਬਣਾਵਾਂਗੇ ਤੇ ਇਹਦੇ ਵਿੱਚ ਫਿਰ ਤੁਸੀਂ ਇਹ ਮਤਲਬ ਇਹਨੂੰ ਪੱਧਰਾ ਪੁੱਧਰਾ ਕਰੋਗੇ ਹਾਂਜੀ ਬਿਲਕੁਲ ਪੱਧਰਾ ਕਰਾਂਗੇ ਆਪਣੇ ਵਾਂਗੂ ਪੱਧਰਾ ਕਰ ਦੇਣਾ ਆ ਪਿੱਲਰ ਜਿਹੜੇ ਆ ਇਹ ਬਿਲਕੁਲ ਤੂੰ ਆਪਣੇ ਸਾਈਜ਼ ਦੇ ਬਣਾਇਆ ਮਾੜਾ ਜਿਹਾ ਟੋਇਆ ਕੱਢ ਕੇ ਤੇ ਚੱਲ ਤੇਰੀ ਰਹਿਸ਼ ਹੋ ਜਾਣੀ ਇਹਦੇ 'ਚ ਇਹਦੇ ਵਿੱਚ ਪਾਣੀ ਅਸਰ ਨਹੀਂ ਕਰੇਗਾ ਪਾਣੀ ਵਾਟਰ ਪਰੂਫ ਮਿੱਟੀ ਹੈ ਹਾਂਜੀ ਇਹ ਚੌਰੀ ਤੇ ਪੰਚਾਇਤ 'ਚ ਇਹ ਵੀ ਨਹੀਂ ਕਹਿ ਸਕਦੇ ਹੋ ਬਹਿ ਜਾ ਬਹਿ ਜਾ ਤੂੰ ਕਿੰਨਾ ਕੁ ਬਹਿ ਜਾ ਵਿਚਾਰਾ ਆਹੋ ਚੌਟੀ ਬੈਠਾ ਖਲੋਤਾ ਹੀ ਕੋਈ ਇਹ ਚੰਗਾ ਭਲਾ ਨਿਆਣਾ ਬਿਆਣਾ ਚੌਧਰੀ ਹੈ ਅੱਛਾ ਜੀ ਆਪਣਾ ਅਮਾਨੁੱਲਾ ਸਾਹਿਬ ਵੀ ਇੱਥੇ ਆਉਂਦੇ ਹੁੰਦੇ ਸਨ ਅਮਾਨੁੱਲਾ ਸਾਹਿਬ ਆਉਂਦੇ ਸਨ ਕਿਆ ਬਾਤ ਹੈ ਜਦੋਂ ਦਿਲ ਕਰਨੇ ਫੋਨ ਕਰਨੇ ਅਮਾਨੁੱਲਾ ਸਾਹਿਬ ਆ ਜਾਣਾ ਇੱਕ ਤੁਹਾਨੂੰ ਮੈਂ ਦਰਖਤ ਵਹਾਨਾ ਉਹ ਅਮਾਨੁੱਲਾ ਸਾਹਿਬ ਉੱਥੇ ਆ ਕੇ ਫਲ ਖਾਂਦੇ ਸਨ ਲਓ ਜੀ ਉੱਥੇ ਚੱਲਦੇ ਅਸੀਂ ਉਹਨਾਂ ਦੀਆਂ ਯਾਦਾਂ ਵੀ ਯਾਦਾਂ ਤੇ ਆਓ ਜੀ ਹਾਂਜੀ ਸਲੀਮ ਸਾਹਿਬ ਕਿਹਾ ਲੱਗਾ ਮੇਰਾ ਪੋਲਟਰੀ ਫਾਰਮ ਫਿਰ ਤੁਹਾਨੂੰ ਮਾਸ਼ਾਅੱਲਾ ਚੌਰੀ ਸਾਹਿਬ ਕੀ ਕਹਿੰਦੇ ਯਕੀਨ ਕਰੋ ਅੱਜ ਮੀਨਾ ਅਸੀਂ ਅਗਲੀ ਵਾਰੀ ਆਵਾਂਗੇ ਤੁਸੀਂ ਕੁੱਕੜੀਆਂ 'ਚ ਖੇਡਦੇ ਹੋਣਾ ਸੋਹਣਾ ਸਾਰਾ ਕੁਛ ਬਣ ਗਿਆ ਮੁਰਗੀ ਖਾਨਾ ਬਣਵਾ ਰਿਹਾ ਤੁਸੀਂ ਅੱਲਾ ਦਾ ਹੁਕਮ ਕਰਨ ਡਿਆ ਜੀ ਅੱਲਾ ਦਾ ਸ਼ੁਕਰ ਕਰਨਾ ਚਾਹੀਦਾ ਅੱਲਾ ਦੇ ਹੁਕਮ ਨਾਲ ਹੀ ਹੁੰਦਾ ਹਰ ਕੰਮ ਚੌਰ ਸਾਹਿਬ ਆ ਚੌਰੀ ਪਰੇ ਰੱਖ ਦੇ ਬਰ ਕੇ ਇੱਧਰ ਰੱਖ ਦੇ ਚੌਰੀ ਲਓ ਚੌਰ ਸਾਹਿਬ ਇੱਥੇ ਮੇਰਾ ਖਿਆਲ ਅਮਾਨੁੱਲਾ ਸਾਹਿਬ ਆ ਕੇ ਬਹਿੰਦੇ ਹੁੰਦੇ ਸੀ ਤੁਹਾਡੇ ਕੋਲ ਹਾਂਜੀ ਅਮਾਨੁੱਲਾ ਸਾਹਿਬ ਇੱਥੇ ਬਹਿਣਾ ਇੱਥੇ ਅਮਰੂਦ ਖਾਣੇ ਹਾਏ ਹਾਏ ਗੱਲਾਂ ਕਰਨੀਆਂ ਹਾਏ ਹਾਏ ਕੀ ਬਾਤ ਹੈ ਕੀ ਵਕਤ ਹੁੰਦੇ ਸਨ ਅਮਾਨੁੱਲਾ ਸਾਹਿਬ ਤੋਤੇ ਸਨ ਵੀ ਇਹਦੇ ਤੇ ਬਹਿੰਦੇ ਸਨ ਆ ਕੇ ਅੱਛਾ ਥੱਲੇ ਬਹਿੰਦੇ ਸੀ ਤੁਹਾਡੇ ਅਮਾਨੁੱਲਾ ਸਾਹਿਬ ਤੋਤੇ ਨਹੀਂ ਸੀ ਬੱਬਰ ਸ਼ੇਰ ਸਨ ਨਹੀਂ ਉਹ ਤੇ ਕਹਿ ਸਨ ਉਹ ਤੇ ਤੇਰੇ ਤੋਂ ਯਾਰ ਕੀ ਤੁਹਾਡਾ ਜੰਗੀ ਸੁਰੰਗ ਵਰਗਾ ਮੂੰਹ ਹੈ ਦੇਖਿਆ
ਲਵੇ ਛੀਮਿਆ ਤੂੰ ਆਖਿਆ ਸੀ ਨਾ ਕਿ ਮੁੰਡਾ ਜੁਗਤਾਂ ਬੜੀਆਂ ਕਰਦਾ ਆ ਚੱਦੜ। ਚੋਰੀ ਕੋਈ ਮੰਜੀ ਮੁੰਜੀ ਨਹੀਂ ਰੱਖੀ ਕੋਈ ਲੈਣਾ ਨੇ ਇਹਦਾ ਮੈਂ ਪਹਿਲੀ ਵਾਰੀ ਵੇਖਿਆ ਜਿਹੜਾ ਚੋਰੀ ਜ਼ਮੀਨ ਤੇ ਬਹਿੰਦਾ। ਅਸੀਂ ਦੋਵੇਂ ਜਨਾਬ ਮੁਰਗੀ ਖਾਨਾ ਬਣਾਉਣ ਲੱਗਿਆ ਮੁਰਗੀਆਂ ਮੰਜੀਆਂ ਤੇ ਬਹਿਣਗੀਆਂ। ਮੇਰੀ ਗੱਲ ਸੁਣ ਅਸੀਂ ਗਏ ਆ ਥੱਕ ਦੋ ਯਾਰ ਦੋ ਲੈ ਆ ਮੰਜੀਆਂ ਤੇ ਆਪਣੇ ਲਈ ਪੀੜੀ ਲੈ ਆ ਸੌਣ ਲਈ। ਨਹੀਂ ਨਾ ਚੋਰੀ ਹੋਰ ਕੁਝ ਖਾਣਾ ਪੀਣਾ ਕੋਈ ਦੱਸੋ ਮੈਨੂੰ। ਖਾਣਾ ਪੀਣਾ ਚੋਰੀ ਦਿਲ ਨਹੀਂ ਕਰਦਾ ਤੇਰੇ ਕੋਲ। ਤੂੰ ਮਜ਼ਾਕ ਕਰਨੇ ਸਾਨੂੰ ਨਹੀਂ ਤੇ ਮੇਰਾ ਦਿਲ ਨਹੀਂ ਕਰਦਾ ਮੇਰੇ ਹੱਥੋਂ ਕਿ ਮੇਰੇ ਹੱਥ ਹੋਣ ਵਾਲੇ ਨੇ। ਨਹੀਂ 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 ਚੋਰੀ ਦੇਖ ਨਾ ਐਡੇ ਕੁ ਚੋਰੀ ਤੇ ਵੈਸੇ ਹੀ ਤਰਸ ਆਉਂਦਾ ਕਿ ਯਾਰ ਹੁਣ ਇਹਦੇ ਕੋਲ ਖਾਂਦੇ ਚੰਗੇ ਲੱਗਨੇ ਆ। ਚੋਰੀ ਦਾ ਮੈਂ ਤੇਰੇ ਲਈ ਕੋਈ ਨਾ ਕੋਈ ਚੀਜ਼ ਲਿਆਉਣੀ ਜ਼ਰੂਰ ਸੀ ਮੈਨੂੰ ਪਤਾ ਲੱਗਾ ਕਿ ਤੂੰ ਇੱਥੇ ਆ ਲੇਕਿਨ ਫਿਰ ਮੈਂ ਖਾਲੀ ਹੱਥ ਨਹੀਂ ਆਇਆ ਮੈਂ ਆਪਣਾ ਚੌਧਰੀ ਨਾਲ ਲੈ ਕੇ ਆਇਆ। ਆਪਣਾ ਚੌਧਰੀ ਵੀ ਚਾਹੀਦਾ ਚੌਧਰੀ ਲਿਆਈਦਾ ਇਹੋ ਜਿਹਾ ਕਿਤੇ ਵਹਾਣ ਵਾਸਤੇ ਇਹੋ ਜਿਹਾ ਚੌਧਰੀ ਨਹੀਂ ਚਾਹੀਦਾ। ਚੌਰੀ ਤੇ ਸਾਰੀਆਂ ਗੱਲਾਂ ਛੱਡ ਤੇ ਜਾ ਉੱਠ ਕੇ ਨਾ ਤਿੰਨ ਕੱਪ ਚਾਹ ਦੇ ਲਿਆ ਚੱਲ। ਯਾਰ ਇਹਨੂੰ ਸਮਝਾ 8-10 ਬੰਦੇ ਮੇਰੇ ਮੁਲਾਜ਼ਮ ਨੇ ਇੱਥੇ ਚੌਰੀ ਨੂੰ ਕਹਿ ਰਹੇ ਆ ਚਾਹ ਲਿਆ। ਮੈਂ ਤੇ ਚੌਰੀ ਦੇ ਕੰਮੇ ਬੜੇ ਆ 20,000 ਦੇ ਤੇ ਇੱਕੋ ਬੰਦਾ ਰੱਖਿਆ ਚੌਰੀ ਨੇ। ਉਹ ਕਾਹਦੇ ਲਈ? ਆ ਕੁੰਡੀ ਉੱਚੀ ਦੀ ਨਾ ਬੂਹੇ ਦੀ ਉਹ ਖੋਲਣ ਲਈ ਰੱਖਿਆ ਚੌਰੀ। ਉਹ ਤੂੰ 100 ਰੁਪਈਆ ਦੇ ਕੇ ਕੁੰਡੀ ਥੱਲੇ ਲਵਾ ਲਾ ਤੂੰ 20,000 ਤੇ ਬੰਦਾ ਰੱਖਿਆ। ਕੋਈ ਐਸੀ ਗੱਲ ਨਹੀਂ ਵੈਸੇ ਰੱਖਦੀ ਤਾਂ ਚਲੋ ਸਦਕਾ ਖਰਾਤ ਨਿਕਲਦਾ ਰਹਿੰਦਾ। ਆ ਇਹ ਤੇ ਹੈ ਉਹ ਰਾਜਾ ਚੌਰੀ ਕਦੀ ਇੰਜ ਹੋਇਆ ਤੈਨੂੰ ਬਿੱਲੀ ਚਾਵਾ ਲੈ ਗਿਆ? ਆ ਰਾਜਾ ਵੀ ਆਇਆ ਜੀ? ਹਾਂਜੀ ਹਾਂਜੀ ਰਾਜਾ। ਵਾਹ 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 ਆਜੋ 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 ਭਾਜੀ ਆਜੋ ਇੱਥੇ ਯਾਰ ਚਾਵਾਂ ਚਾਵਾਂ ਲੈ। ਰਾਜਾ ਸਾਹਿਬ ਕੀ ਹਾਲ ਹੈ ਠੀਕ ਹੋ? ਸਾਡੇ ਵਾਸਤੇ 2 ਚਾਵਾਂ ਲੈ ਤੇ ਇਹਦੇ ਵਾਸਤੇ ਕਾਵਾ ਖਾਲੀ ਲੈ। ਮਹਿਮਾਨ ਆਨ ਖਿਦਮਤ ਕਰੀ ਦੀ ਹੈ ਯਾਰ। ਚੌਰੀ ਸਾਹਿਬ ਦਾ ਖਿਆਲ ਕਰਿਆ ਕਰੋ, ਕੱਲ ਵੀ ਚੌਰੀ ਮਿੱਟੀ ਖਾਂਦਾ ਰਿਹਾ ਸਾਰਾ ਦਿਨ। ਕਿੱਥੇ ਫਿਰਦੇ ਹੋ ਤੁਸੀਂ? ਕਾਹਦੀਆਂ ਤਨਖਾਹਾਂ ਲੈਂਦੇ ਹੋ? ਕਾਹਦਾ ਤੁਸੀਂ? ਪਰਸੋਂ ਵੀ ਤੁਸੀਂ ਕੁੰਡੀ ਲਾਤੀ, ਚੌਰੀ ਬਾਹਰ ਰੁਲਦਾ ਰਿਹਾ ਵਿਚਾਰਾ। ਸਲੀਮ ਸਾਹਿਬ ਜੇ ਮੈਂ ਮਿੱਟੀ ਖਾਂਦਾ ਰਹਿਣਾ ਤੇ ਤੁਹਾਡੇ ਵੀ ਦੇਸੀ ਕਿਉਂ ਮੈਂ ਨਜ਼ਰ ਆਉਣ ਡੈ? ਦੂਸਰਿਆਂ ਦੇ ਬੱਚਿਆਂ ਵੱਲ ਵੇਖਦਾ ਰਹਿੰਦਾ। ਚੌਰੀ ਨੂੰ ਕੁਛ ਲਿਆ ਕੇ ਦਿਆ ਕਰੋ। ਸਰ 6 ਮਹੀਨੇ ਤਨਖਾਹ ਨਹੀਂ ਦਿੱਤੀ, ਕਿੱਥੋਂ ਲੈ ਕੇ ਦੇਈਏ ਚੌਰੀ? ਚੌਰੀ ਸਾਹਿਬ ਦੀ ਨਾ ਕਰਿਆਨੇ ਵਾਲਿਆਂ ਨਾਲ ਦੁਸ਼ਮਣੀ ਚੱਲਣ ਡਈ ਆ। ਉਹ ਕਾਦੀ? ਉਹਨਾਂ ਦਾ ਕਾਊਂਟਰ ਉੱਚਾ ਨਾ, ਆਵਾਜ਼ ਨਹੀਂ ਪਾਉਂਦੇ। ਥੱਲੇ ਹੀ ਆਰਡਰ ਦੇ ਦਿੰਦਾ। ਹਾਂਜੀ ਆਰਡਰ ਦਿੰਦਾ ਪਰ ਉਹ ਥੱਲੇ ਮੇਰੇ ਮਾਨ ਲੈਂਦੇ, ਥੱਲੇ ਪੜਾ ਉਹ ਚਾਵਾਂ ਲੈ ਕੇ ਆ ਜਲਦੀ ਜਲਦੀ। ਪੈਸੇ ਤਾਂ ਦੇ ਦਿਓ। ਅੱਛਾ ਚੌਰੀ ਸਾਹਿਬ ਜੀ ਨੇ ਉੱਥੋਂ ਲੈ ਕੇ ਉਹਨੂੰ ਕਿਹਾ ਜਾ ਬਣਾਗਾ ਜਲਦੀ ਉਹ। ਚਲੋ ਰਾਜਾ ਜੀ ਚਾਵਾਂ ਲਿਆਓ ਵਧੀਆ ਜੀਆਂ। ਹੈ ਅਸੀਂ ਲੈਣੀ ਆ ਜ਼ਮੀਨ ਮੋਟਰਵੇ ਦੇ ਲਾਗੇ ਚੱਦੜ ਸਾਹਿਬ, ਜਿਹੜੀ ਜਿਹੜਾ ਅਸਲ ਮਸਲਾ ਆ ਨਾ ਗੱਲ ਦਾ ਆਉਣ ਦਾ ਪਿੰਡ 'ਚ ਉਹ ਇਹ ਆ। ਠੀਕ ਹੈ ਅਤੇ ਆਹ ਲਾਗੇ ਵਾਲੇ ਪਿੰਡ ਸਾਰੇ ਅੱਲਾਹ ਦੀ ਮਿਹਰਬਾਨੀ ਨਾਲ ਜਾਣਦੇ ਆ ਚੌਰੀ ਫਕੀਰ ਮੰਗਤ ਨੂੰ। ਕੀ ਤੈਨੂੰ ਜਾਣਦੇ ਨੇ? ਕੀ ਤੂੰ ਰੇਛ ਰੱਖਿਆ ਇੱਥੇ ਬਿਹਾਰ ਪਿੰਡ 'ਚ ਜਾਂਦੇ? ਠੀਕ ਹੈ ਚੌਧਰੀ ਦੀ ਵੀ ਉਹ ਤਲਕ ਹੁੰਦੇ ਆ ਜ਼ਿਮੀਦਾਰਾਂ ਨਾਲ, ਜ਼ਿਮੀਦਾਰਾਂ ਦੇ ਨਾਲ ਤਲਕ ਹੁੰਦੇ ਆ ਉਹ, ਫਿਰ ਆਉਣਾ ਜਾਣਾ ਕੁਛ 100। ਅੱਛਾ ਇਹੋ ਜਿਹੇ ਚੌਧਰੀ ਕਹੋ 20-25 ਰੁਪਏ ਹੁੰਦੇ ਬਸ, ਜ਼ਿਆਦਾ ਨਹੀਂ ਰੱਖਦਾ ਕਿਉਂਕਿ ਬੱਚੇ ਲੈ ਜਾਂਦੇ ਖੋ ਕੇ। ਰਾਜਾ ਲੈ ਜਾ ਯਾਰ ਮੈਨੂੰ ਲੈ ਗਈ, ਆ ਗਈ ਚਾਹ ਆ ਗਈ ਜੀ ਵਾਕਈ ਬਈ। ਲੈ ਹੁਣ ਚੌਰੀ ਥਰਮੋਸ ਦੇ, ਅੱਜ ਥਰਮੋਸ ਚੰਗਾ ਨੀ ਲੱਗਦਾ। ਮਤਲਬ ਨਾ ਯਾਰ ਚਲੋ ਪਾਓ ਕੀ ਤੁਹਾਡਾ ਕਬਾਬਾਂ ਦੀ ਸੀਖ ਵਰਗਾ ਮੂੰਹ ਹੈਗਾ ਜਨਾਬ। ਤਾਲੀਆਂ, ਚੌਰੀ ਨੇ ਥਰਮੋਸ ਚੁੱਕ ਲਿਆ ਬਹੁਤ ਅੱਛੇ। ਕਿਸੇ ਦਿਨ ਮੈਂ ਤੁਹਾਨੂੰ ਵੀ ਚੁੱਕ ਲਈ ਜਾਣਾ। ਚੌਰੀ ਤੂੰ ਕੰਮ ਚੁੱਕਿਆ? ਤੁਹਾਨੂੰ ਚੌਂਕ ਚ ਕੁੱਤੇ ਘੇਰ ਲੈਂਦੇ? ਮੈਂ ਅੱਜ ਵੇਖਿਆ ਜਨਾਬ ਤੁਸੀਂ ਮੈਨੂੰ ਕਿਵੇਂ ਘੇਰਦੇ ਜੇ? ਚੌਰੀ ਦਰਖਤ ਤੇਰੇ ਆਪਣੇ ਇੱਥੇ ਲਮਕਿਆ ਕਰ, ਲਮਕਣ ਦਾ ਟਾਈਮ ਰਹਿ ਗਿਆ ਜਨਾਬ ਤੁਹਾਡਾ। ਕੀ ਫਾਂਸੀ ਵਾਲੀ ਸ਼ਕਲ ਹੁੰਦੀ ਤੁਹਾਡੀ? ਹੈ ਚੌਰੀ ਤੂੰ ਗੱਲ ਨੂੰ ਜੇ ਲਮਕਾਉਂਦਾ ਤੇ ਕਿਤੇ ਆਪ ਲਮਕੇ ਨਾ ਪੂਰਾ ਤੇ ਤੇਰਾ ਸਰ ਜਾਵੇ। ਨਾਜ਼ਰੀਨ ਇਹ ਤੇ ਅਸੀਂ ਤੁਹਾਨੂੰ ਇਹ ਇੰਟਰਟੇਨ ਵਾਸਤੇ ਸਭ ਕੁਛ ਕਰ ਰਹੇ ਸਾਂ। ਵਾਕਈ ਚੌਧਰੀ ਫਾਰੂਕ ਚੱਦੜ ਸਾਹਿਬ ਇਸ ਪਿੰਡ ਦੇ ਚੌਧਰੀ ਨੇ ਔਰ ਇਹ ਸਾਰੀਆਂ ਜ਼ਮੀਨਾਂ ਇਹਨਾਂ ਦੀਆਂ ਆਪਣੀਆਂ ਨੇ ਔਰ ਇਹਨਾਂ ਨੂੰ ਐਕਟਿੰਗ ਦਾ ਬੜਾ ਸ਼ੌਕ ਸੀਗਾ ਔਰ ਇਹਨਾਂ ਨੇ ਬੜੀ ਜਲਦੀ ਵੱਡੇ ਫਨਕਾਰਾਂ ਦੇ ਦਿਲ 'ਚ ਜਗ੍ਹਾ ਬਣਾਈ ਹੈ ਅਤੇ ਅੱਜ ਤਾਂ ਸਾਡੇ ਦਿਲੋਂ ਹੀ ਉਤਰ ਗਏ ਨੇ ਚੌਰੀ ਸਾਹਿਬ। ਅਮਾਨੁੱਲਾ ਸਾਹਿਬ ਨਾਲ ਤੁਸੀਂ ਬਕਾਇਦਾ ਉਸਤਾਦੀ ਸ਼ਗਿਰਦੀ ਹੋਈ ਤੁਹਾਡੀ? ਹਾਂਜੀ ਅਲਹਮਦੁਲਿਲਾ ਬਿਲਕੁਲ, ਕਿਉਂ ਨਹੀਂ? ਗੰਡਾ ਬੰਨ ਹਾਂਜੀ, ਉਹ ਵੀ ਇੱਥੇ ਪਿੰਡ ਤੁਹਾਡੇ ਕੋਲ ਆਉਂਦੇ ਹੁੰਦੇ? ਹਾਂਜੀ ਬਿਲਕੁਲ, ਫੋਨ ਕਰਨਾ ਇੱਥੇ ਪਿੰਡ ਆਉਣਾ ਫਿਰ ਇੱਥੇ ਬਾਗ ਵਿੱਚ ਆ ਕੇ ਸੈਰ ਕਰਨੀ ਗੱਪਾਂ ਮਾਰਨੀਆਂ। ਉਹ ਨਾ ਇੱਕ ਦਫ਼ਾ ਅਮਾਨੁੱਲਾ ਸਾਹਿਬ ਨਾ ਆਪਣੀ ਫੈਮਿਲੀ ਦੇ ਨਾਲ ਨਾ ਸਾਡੇ ਘਰ ਆਏ। ਅੱਛਾ, ਅਤੇ ਜਨਾਬ ਮੈਂ ਅਦਬ ਤੋਂ ਨਾ ਉਹਨਾਂ ਦੇ ਅੱਗੇ ਖਾਣਾ ਆਪ ਰੱਖ ਰਿਹਾ, ਫਲ ਕੇ ਅੱਗੇ ਰੱਖ ਰਿਹਾ, ਕਦੀ ਪਾਣੀ ਕਦੀ ਫਰੂਟ ਕਦੀ ਮਤਲਬ। ਹਾਂਜੀ, ਅਤੇ ਆਪਣੇ ਬੱਚਿਆਂ ਨੂੰ ਤਾਰੀਫ ਕਰਾਉਂਦੇ ਨੇ ਕਿ ਵੇਖੋ ਫਰੂਕ ਅੱਜ ਛੋਟਾ ਜਿਹਾ ਇੰਨੀ ਖਿਦਮਤ ਕਰ ਰਿਹਾ ਅਤੇ ਜੇ ਵੱਡਾ ਹੋ ਗਿਆ ਤਾਂ ਫਿਰ ਕੀ ਕਰੇਗਾ? ਉਹ ਮੈਂ ਵੀ ਮਾਨ ਸਾਹਿਬ ਨੂੰ ਛੇੜਦਾ ਹੁੰਦਾ, ਇੱਕ ਵਾਰੀ ਆਪਾਂ ਸ਼ੋਅ ਕਰਨ ਗਏ ਤੁਸੀਂ ਗੱਡੀ 'ਚ ਬੈਠੇ ਅਮਾਨੁੱਲਾ ਸਾਹਿਬ ਨਾਲ ਗਿਆ। ਹਾਂ, ਅਤੇ ਮੈਂ ਐਵੇਂ ਪੁੱਛੀ ਜਾਵਾਂ ਅਮਾਨ ਸਾਹਿਬ ਚੌਰੀ ਕਿੰਨੇ ਦਾ ਲਿਆ? ਕਹਿੰਦਾ ਬਸ ਯਾਰ ਸਸਤਾ ਹੀ ਮਿਲ ਗਿਆ। ਮੈਂ ਕਿਹਾ ਚੌਰੀ ਸਾਹਿਬ ਵੇਚਣਾ? ਕਹਿੰਦਾ ਨਹੀਂ, ਅਜੇ ਮੈਂ ਮਹੀਨਾ ਰੱਖਣਾ, ਵੇਖਾਂਗਾ ਅੱਗੋਂ ਵੀ ਕੀ ਆ, ਫਿਰ ਮੈਂ ਵੇਚਾਂਗਾ। ਹੈਂਜੀ, ਬੜੀ ਬੜੀ ਅੱਛੀ ਗੱਲ ਕਰਦੇ ਹੁੰਦੇ ਸਨ।
ਰੂਹ ਚੱਦੜ ਸਾਹਿਬ ਜੀ ਜੀ ਆਪਣੇ ਪਿੰਡ ਕੋਈ ਮਜ਼ਾਰ ਮਜੂਰ ਨਹੀਂ ਕੋਈ ਦਰਬਾਰ ਵਗੈਰਾ ਜਨਾਬ ਹੈ ਤਾਂ ਕੋਈ ਨਹੀਂ ਜੇ ਕਹਿੰਦਾ ਤਾਂ ਤੈਨੂੰ ਮਾਰ ਕੇ ਬਣਾ ਦੇਣੀ ਅੱਛਾ ਚੌੜ ਸਾਹਿਬ ਤੁਸੀਂ ਅਲਬੇਲਾ ਟੀ ਵੀ ਦੇਖਦੇ ਹੋ ਜੀ ਅਲਹਮਦੁਲਿਲਾ ਕਿਉਂ ਨਹੀਂ ਜੀ ਬੜਾ ਅੱਛਾ ਤੁਹਾਡੇ ਪਿੰਡ 'ਚ ਬੜੇ ਬੰਦੇ ਮਿਲੇ ਉਹਨਾਂ ਨੇ ਕਿਹਾ ਯਾਰ ਇਹ ਤੁਹਾਡਾ ਚੈਨਲ ਅਸੀਂ ਦੇਖੀ ਦਾ ਬੜਾ ਜ਼ਬਰਦਸਤ ਹੈ ਮੈਂ ਸਬਸਕ੍ਰਾਈਬ ਕੀਤਾ ਹੈ ਸਬਸਕ੍ਰਾਈਬ ਕੀਤਾ ਹੈ ਅੱਛਾ ਤੇ ਬੜਾ ਜ਼ਬਰਦਸਤ ਬੜਾ ਮਜ਼ਾ ਆਉਂਦਾ ਹੈ ਚੌੜ ਸਾਹਿਬ ਤੁਹਾਡੀ ਐਜੂਕੇਸ਼ਨ ਕਿੰਨੀ ਪੜ੍ਹੇ ਲਿਖੇ ਹੋ ਮੈਂ ਇੱਥੋਂ ਲੈ ਕੇ ਪੜ੍ਹਿਆ ਆਪਣਾ ਇਹਨਾਂ ਦੀ ਐਜੂਕੇਸ਼ਨ ਹੈ 4.5 ਫੁੱਟ ਤੇ ਕਿਉਂਕਿ ਮੈਂ ਕਾਲਾ ਜਾਦੂ ਵੀ ਪੜ੍ਹਿਆ ਅਗਰ ਆਪ ਹਮਾਰੀ ਮਜ਼ੀਦ ਵੀਡੀਓਜ਼ ਦੇਖਣਾ ਚਾਹਤੇ ਹੈ ਤੋ ਹਮਾਰਾ ਚੈਨਲ ਸਬਸਕ੍ਰਾਈਬ ਕਰੇਂ ਔਰ ਬੈਲ ਆਈਕੋਨ ਦਬਾ ਦੇ ਐਸੇ ਕਰਕੇ